ਡੇਲੀ ਪੋਸਟ ਵੱਲੋਂ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਇਲਾਕੇ ਮਾਧੋਪੁਰ 'ਚ ਨਜਾਇਜ਼ ਮਾਈਨਿੰਗ ਦਾ ਗੋਰਖ ਧੰਦਾ ਅਤੇ ਮਾਈਨਿੰਗ ਠੇਕੇਦਾਰਾਂ ਵੱਲੋਂ ਗੁੰਡਾ ਪਰਚੀ ਕੱਟਣ ਦੀ ਖਬਰ ਦਾ ਅਸਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਪਠਾਨਕੋਟ ਦੇ DC ਨੇ ਇਸ ਇਲਾਕੇ ਵਿੱਚ ਦਬਿਸ਼ ਦਿੱਤੀ ਤਾਂ ਠੇਕੇਦਾਰਾਂ ਦੇ ਕਰਿੰਦੇ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਉੱਥੋਂ ਭੱਜ ਗਏ ਅਤੇ ਕੁਝ ਲੋਕ ਪੁਲਿਸ ਦੇ ਹੱਥੇ ਚੜ ਗਏ। ਦੱਸ ਦਈਏ ਕਿ ਵੈਸੇ ਤਾਂ ਸਰਕਾਰ ਨੇ ਪਠਾਨਕੋਟ ਏਰੀਆ ਵਿੱਚ ਕਈ ਖੱਡਾਂ ਦੀ ਆਕਸ਼ਨ ਕਰ ਦਿੱਤੀ ਹੈ, ਪਰ ਮਾਧੋਪੁਰ ਏਰੀਆ ਵਿੱਚ ਆਕਸ਼ਨ ਨਹੀਂ ਹੋਈ ਹੈ, ਜਿਸ ਦੇ ਬਾਵਜੂਦ ਇੱਥੋਂ ਦੀ ਕ੍ਰੈਸ਼ਰ ਇੰਡਸਟਰੀ ਵਾਲੇ ਮਾਈਨਿੰਗ ਠੇਕੇਦਾਰਾਂ ਨਾਲ ਮਿਲ ਕੇ ਸ਼ਰੇਆਮ ਨਜਾਇਜ਼ ਮਾਈਨਿੰਗ ਕਰਨ ਵਿੱਚ ਲੱਗੇ ਹੋਏ ਨੇ ਅਤੇ ਠੇਕੇਦਾਰ ਵੀ ਇੱਥੇ ਗੁੰਡਾ ਪਰਚੀ ਕੱਟ ਕੇ ਵਸੂਲੀ ਕਰ ਰਹੇ ਸਨ ਅਤੇ ਸਭ ਮਾਈਨਿੰਗ ਵਿਭਾਗ ਦੀ ਨੱਕ ਹੇਠਾਂ ਹੋ ਰਿਹਾ ਸੀ, ਪਰ ਉਹ ਸਭ ਜਾਣ ਬੁੱਝ ਕੇ ਅੱਖਾਂ ਮੁੰਦੀ ਬੈਠਾ ਸੀ। ਪਰ ਹੁਣ ਇਹ ਸਭ ਵੇਖ ਕੇ ਲੱਗ ਰਿਹਾ ਕਿ ਸ਼ਾਇਦ ਕੋਈ ਕਾਰਵਾਈ ਹੋਵੇਗੀ। ਉੱਧਰ ਕ੍ਰੈਸ਼ਰ ਇੰਡਸਟਰੀ ਵਿੱਚ ਰੇਤ ਬਜਰੀ ਲੈਣ ਆਏ ਟਰੱਕ ਚਾਲਕਾਂ ਨੇ ਕਿਹਾ ਕਿ ਇਹ ਮਾਈਨਿੰਗ ਦੇ ਠੇਕੇਦਾਰ ਇੱਥੇ ਨਜਾਇਜ਼ ਤੌਰ 'ਤੇ ਗੁੰਡਾ ਟੈਕਸ ਵਸੂਲ ਰਹੇ ਨੇ। ਕੀ ਭਰਿਆ ਤੁਸੀਂ ਗੱਡੀ 'ਚ? ਜੀਰਾ ਭਰੇ। ਸਵੇਰੇ ਕੋਈ ਰੇਡ ਵੀ ਇੱਥੇ ਹੋਈ ਹੈ? ਰੇਡ ਸਾਡੇ ਆਉਣ ਤੋਂ ਪਹਿਲਾਂ ਹੀ ਹੋ ਗਈ, ਇਹਨਾਂ ਗੱਡੀਆਂ ਰੋਕਤੀਆਂ, ਕਹਿੰਦੇ ਵੀ DC ਸਾਹਿਬ ਆਏ ਨੇ। ਕਿਹਨਾਂ ਵੱਲੋਂ ਗੱਡੀਆਂ ਰੋਕੀ ਗਈਆਂ ਤੁਹਾਡੀਆਂ? ਠੇਕੇਦਾਰਾਂ ਜੀ ਰੈਲਟੀ ਕਰਦੇ। ਕਿੰਨੀ ਰੈਲਟੀ ਲੈਂਦੇ ਨੇ ਉਹ? ਰੈਲਟੀ 500 ਰੁਪਈਆ ਸੈਂਕੜੇ। ਮੈਂ ਜੀਰਾ ਭਰਿਆ। ਕਿੰਨੀ ਰੈਲਟੀ ਦਿੰਦੇ ਤੁਸੀਂ? 500 ਰੁਪਇਆ ਸੈਂਕੜੇ ਜੀ। ਕਿਹਨਾਂ ਨੂੰ ਦਿੰਦੇ ਹੋ? ਇਹ ਨਾਨਿੰਗ ਵਾਲੇ ਲੈਂਦੇ ਆ। ਕੋਈ ਪਰਚੀ ਪੱਕੀ ਮਿਲਦੀ ਹੈ ਤੁਹਾਨੂੰ ਕੋਈ? ਉਹ ਲੋਡਿੰਗ ਸਲਿੱਪ ਦਿੰਦੇ ਆ ਜੀ, ਪੱਕੀ ਪੱਕੀ ਕੋਈ ਨਾ ਹੁੰਦੀ। ਕੋਈ ਸਰਕਾਰੀ ਬੰਦੇ ਕੋਈ ਇੱਥੇ ਬੈਠੇ ਦੇ ਨੇ? ਕੋਈ ਸਰਕਾਰੀ ਬੰਦਾ ਕੋਈ ਨਹੀਂ। ਪਰ ਅਵੈਧ ਵਸੂਲੀ ਕਰਦੇ ਪਏ ਨੇ? ਹਾਂਜੀ, ਠੇਕੇਦਾਰਾਂ ਵੱਲੋਂ ਵਸੂਲੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜਦੋਂ ਪੁਲਿਸ ਨਾਲ ਇਸ ਸੰਬੰਧੀ ਗੱਲ ਕੀਤੀ ਗਈ ਤਾਂ ਉਹਨਾਂ ਮੰਨਿਆ ਕਿ ਸਵੇਰੇ ਕੁਝ ਲੋਕਾਂ ਨੂੰ ਕਾਬੂ ਕੀਤਾ ਗਿਆ, ਪਰ ਮਾਈਨਿੰਗ ਵਿਭਾਗ ਸਾਨੂੰ ਜੋ ਲਿਖ ਕੇ ਦੇਵੇਗਾ ਉਸ ਦੇ ਹਿਸਾਬ ਨਾਲ ਹੀ ਕਾਰਵਾਈ ਕੀਤੀ ਜਾਵੇਗੀ। ਸਰ, DC ਸਾਹਿਬ ਨੇ ਅੱਜ ਮਾਧੋਪੁਰ ਰੇਡ ਵੀ ਕੀਤਾ ਸੀਗਾ, ਔਰ ਅਵੈਧ ਵਸੂਲੀ ਕਰਦੇ ਬੰਦੇ ਵੀ ਫੜੇ ਸੀਗੇ, ਤੁਸੀਂ ਲੈ ਕੇ ਵੀ ਆਏ ਹੋ ਥਾਣੇ ਦੇ ਵਿੱਚ, ਕੀ ਕਾਰਵਾਈ ਕਰ ਰਹੇ ਹੋ? ਸਾਨੂੰ ਅੱਜ ਤੱਕ ਮਾਈਨਿੰਗ ਅਫਸਰ ਵੱਲੋਂ ਕੋਈ ਚਿੱਠੀ ਨਹੀਂ ਵਸੂਲ ਹੋਈ। ਮਾਈਨਿੰਗ ਲੈਟਰ ਮਿਲੇਗਾ, ਉਸ ਮੁਤਾਬਕ ਅਗਲੀ ਕਾਰਵਾਈ ਵਿੱਚ ਲੈਂਦੀ ਜਾਵੇਗੀ। ਸਰ, ਕਿੰਨੇ ਬੰਦੇ ਲੈ ਕੇ ਆਏ ਹੋ? ਅਸੀਂ 3 ਬੰਦੇ ਲੈ ਕੇ ਆਏ ਸੀ। ਪਰ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੇ ਠੇਕੇਦਾਰ ਦੇ ਕਰਿੰਦਿਆਂ ਨੂੰ ਛੱਡ ਦਿੱਤਾ ਹੈ ਅਤੇ ਹੁਣ ਸਿਰਫ਼ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਮਹਿਤਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।